ਦੱਸੋ ਕੀ ਹਾਲ ਚਾਲ ਨੇ ਤੁਹਾਡੇ? ਠੀਕ ਹੋ ਜੀ? ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਹੀ ਬੈੱਲ ਆਈਕੋਨ ਦੇ ਬਟਨ ਨੂੰ ਕਰੋ ਓਕੇ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਤੁਹਾਡੇ ਵਾਸਤੇ ਮੱਝਾਂ ਗਾਵਾਂ ਦੀਆਂ ਵੀਡੀਓ ਲੈ ਕੇ ਆਉਂਦੇ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਹਾਨੂੰ ਸੋਹਣਾ ਤੋਂ ਸੋਹਣਾ ਜਾਨਵਰ ਵਿਖਾਇਆ ਜਾਵੇ, ਸਸਤੇ ਤੋਂ ਸਸਤਾ ਵਿਖਾਇਆ ਜਾਵੇ। ਦੋਸਤੋ ਅਸੀਂ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਨਹਾਇਤ ਤੋਹਫਾ ਲੈ ਕੇ ਆਏ ਹਾਂ ਜੀ। ਇਹ ਤੁਸੀਂ ਗਾਂ ਦੇਖ ਲਓ, ਮੇਰਾ ਕੈਮਰਾਮੈਨ ਤੁਹਾਨੂੰ ਗਾਂ ਵਿਖਾਉਂਦਾ, ਅਤੇ ਬਾਅਦ 'ਚੋਂ ਆਪਾਂ ਮਾਲਕ ਨਾਲ ਗੱਲ ਕਰਾਂਗੇ ਵੀ ਉਹ ਕੀ ਕਹਿੰਦੇ ਨੇ ਅਤੇ ਕੀ ਡਿਮਾਂਡ ਛਾੜਨ ਦੀ, ਅਤੇ ਦੁੱਧ ਕਿੰਨਾ ਦਿੰਦੀ ਰਹੀ ਹੈ ਜੀ। ਸੂਣ ਨੂੰ ਤਿਆਰ ਹੈ ਬਿਲਕੁਲ ਜੀ, ਤਕਰੀਬਨ 8-10 ਦਿਨ ਲਵੇਗੀ ਜੀ। ਅਤੇ ਮਾਸ਼ਾਅੱਲਾ ਬਹੁਤ ਸੋਹਣੀ ਗਾਂ ਹੈ, ਪਿਓਰ ਬਲੈਤਨ ਗਾਂ ਹੈ। ਇਹ ਪਿੱਛੋਂ ਵੀ ਵਹਾ ਯਾਰ, ਇੱਧਰੋਂ ਵੀ ਇਤਿਹਾਸ ਹੈ ਯਾਰ। ਦੋਸਤੋ ਇਹ ਜੀ ਗਾਂ ਪੂਰੇ ਚੈਨਲ 'ਚ ਕਿਸੇ ਨੂੰ ਨਹੀਂ ਚਾੜੀ ਹੋਣੀ ਜਿਹੜੀ ਅਸੀਂ ਤੁਹਾਡੇ ਵਾਸਤੇ ਗਾਂ ਲੈ ਕੇ ਆਏ ਹਾਂ। ਪਿਓਰ ਬਲੈਤਨ ਗਾਂ ਹੈ, ਚਿੱਟੀ ਸਫੈਦ ਗਾਂ ਹੈ ਜੀ। ਦੋਸਤੋ ਸੂਨ ਦੇ ਬਿਲਕੁਲ ਨੇੜੇ, ਇਹਦਾ ਮੂੰਹ ਵੀ ਦਿਖਾ ਯਾਰ, ਕੋਨੀ ਗਾਂ ਹੈ ਜੀ। ਅਤੇ ਆਪਾਂ ਬਾਕਾਇਦਾ ਮਾਲਕ ਨਾਲ ਵੀ ਪੁੱਛਦੇ ਹਾਂ ਵੀ ਇਹਦੀ ਦੁੱਧ ਕੀ ਸੂਰਤ ਹਾਲ ਰਹੀ ਹੈ ਪਿਛਲੇ ਸੂਏ, ਅਤੇ ਹੁਣ ਦੁੱਧ ਕਿੰਨਾ ਕਰੇਗੀ ਜੀ। ਆਪਾਂ ਹਰ ਚੀਜ਼ ਮਾਲਕ ਕੋਲੋਂ ਤਫਸੀਲਾਤ ਨਾਲ ਪੁੱਛਾਂਗੇ ਜੀ, ਕਿਉਂਕਿ ਇਹ ਜੀ ਗਾਂ ਜ਼ਾਇਆ ਕਰਨ ਵਾਲੀ ਨਹੀਂ ਹੈ ਜੀ। ਦੂਰੋਂ ਹੀ ਵਹਾ ਯਾਰ, ਪਿੱਛੋਂ ਕਰਕੇ ਸਲੀ ਨਾਲ ਵਹਾ। ਮਾਸ਼ਾਅੱਲਾ ਬਹੁਤ ਹੀ ਸੋਹਣੀ ਗਾਂ ਹੈ, ਅਤੇ ਸੂਣ ਦੇ ਬਿਲਕੁਲ ਨੇੜੇ ਰੱਖ ਕੇ ਨਾ। ਮੁੱਠ ਮੁੱਠ ਭਰ ਦੇ ਥਨ ਨੇ, ਸਿਰ ਵੀ ਦਿਖਾ ਲਓ ਜੀ। ਦੋਸਤੋ ਤੁਸੀਂ ਥੱਲੀ ਨਾਲ ਗਾਂ ਵੇਖ ਲਈ ਹੁੰਦੀ, ਅਤੇ ਹੁਣ ਬਕਾਇਦਾ ਆਪਾਂ ਮਾਲਕ ਨੂੰ ਕਹਿੰਦੇ ਹਾਂ ਵੀ ਇਹਨੂੰ ਤੋੜ ਕੇ ਵਹਾਵੇ, ਅਤੇ ਬਾਅਦ 'ਚ ਆਪਾਂ ਮਾਲਕ ਨਾਲ ਗੱਲ ਕਰਦੇ ਹਾਂ ਵੀ ਇਹਦਾ ਕੀ ਰੇਟ ਸ਼ੇਟ ਹੈ, ਅਤੇ ਕਿੰਨੇ ਜੇ ਤੁਸੀਂ ਸਾਨੂੰ ਚੀਜ਼ ਦੇ ਦਿਓਗੇ ਪਿਆਰ ਮੁਹੱਬਤ ਕਰਕੇ। ਆਪਾਂ ਹਰ ਚੀਜ਼ ਮਾਲਕ ਕੋਲੋਂ ਪੁੱਛਦੇ ਹਾਂ। ਆਹ ਹੁਣ ਤੁਹਾਨੂੰ ਤੋੜ ਕੇ ਦਿਖਾ ਦਈਏ ਗਾਂ ਨੂੰ, ਅਸੀਂ ਗੇੜਾ ਗੜਾ ਉਤਾਰ ਕਰਕੇ। ਆਹ ਦੋਸਤੋ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਸੋਹਣੀ ਗਾਂ ਹੈ। ਪਹਿਲੇ ਆ ਕੇ ਬੰਦ ਇਹਦਾ ਤੁਸੀਂ ਦੋਸਤੋ ਇੱਕ ਵਾਰੀ ਹੋਰ ਚੱਡਾ ਵੇਖ ਲਓ ਇਹਦਾ, ਅਤੇ ਬਾਕਾਇਦਾ ਆਪਾਂ ਮਾਲਕ ਨਾਲ ਗੱਲ ਕਰਦੇ ਹਾਂ। ਇੱਧਰ ਆਓ ਸਾਹਿਬ ਜੀ, ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਸਾਹਿਬ ਜੀ, ਕੀ ਨਾਮ ਹੈ ਤੁਹਾਡਾ ਜੀ? ਅਮੀਰ ਅਮਜਦ। ਅਮੀਰ ਅਮਜਦ ਸਾਹਿਬ ਜੀ, ਕਿਹੜੀ ਗਾਂ, ਕਿਹੜੀ ਨਸਲ ਦੀ ਹੈ? ਬਲੈਤਨ। ਬਲੈਤਨ ਹੈ, ਅਤੇ ਇਹ ਦੁੱਧ ਕਿੰਨਾ ਕੁ ਕਰੇਗੀ, ਅਤੇ ਪਹਿਲੇ ਸੂਏ ਕਿੰਨਾ ਕੁ ਕਰਦੀ, ਸਹੀ ਦੱਸਣਾ। ਪਹਿਲੇ ਸੂਏ ਅਸੀਂ 30 ਲੀਟਰ ਚੋਂਦੇ ਰਹੇ। 30 ਲੀਟਰ, ਅਤੇ ਐਲ ਕੀ ਕੰਮ ਅਜ਼ ਕੰਮ ਕਿੰਨਾ ਕਰੇਗੀ? ਕੀ ਤੁਸੀਂ ਸਾਡੀ ਆ ਦੱਸ ਦੇਣਾ ਹਾਂ ਵੀ ਘੱਟ ਨਾ ਨਿਕਲੇ 26-27 ਲੀਟਰ। 26-27 ਲੀਟਰ, ਅਤੇ ਇਹਦਾ ਸੁਬਾਹ ਕਿੰਨਾ ਹੈ? ਸੁਬਾਹ 30 ਦਾ। ਤੀਸਰਾ ਸੁਬਾਹ, ਤੁਹਾਡੀ ਪਿਆਰ ਮੁਹੱਬਤ ਕਰਕੇ ਸਾਨੂੰ ਇੱਕੋ ਰੇਟ ਦੱਸ ਦਿਓ ਵੀ ਕਿਹੜੇ ਸਾਡੇ ਦੋਸਤ ਭਰਾ ਜੀ ਜੋ ਹੈ ਬਹੁਤ ਪਸੰਦ ਕਰਦੇ ਨੇ ਗਾਵਾਂ ਨੂੰ, ਸਾਨੂੰ ਇੱਕੋ ਰੇਟ ਦੱਸ ਦਿਓ ਵੀ ਕੀ ਰੇਟ ਦੋਗੇ? 3 ਲੱਖ 20 ਹਜ਼ਾਰ। 3 ਲੱਖ 20 ਹਜ਼ਾਰ, ਪਿਆਰ ਮੁਹੱਬਤ ਹੈ ਮੌਕੇ 'ਤੇ, ਮੌਕੇ 'ਤੇ ਲਓ ਜੀ ਦੋਸਤੋ 3 ਲੱਖ 20 ਹਜ਼ਾਰ ਰੁਪਈਆਂ ਦੀ ਕੀਮਤ ਦੱਸ ਰਹੇ ਨੇ, ਅਤੇ ਪਿਆਰ ਮੁਹੱਬਤ ਕਹਿ ਰਹੇ ਨੇ ਮੌਕੇ 'ਤੇ ਕਰ ਲਾਂਗੇ, ਕੋਈ ਮਸਲਾ ਨਹੀਂ ਹੈਗਾ ਜੀ। ਅਤੇ ਅਗਰ ਕਿਸੇ ਦੋਸਤ ਨੂੰ ਮੇਰੇ ਨੂੰ ਇਹ ਗਾਂ ਪਸੰਦ ਆਉਂਦੀ ਹੈ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ। ਸਾਡਾ ਰਾਬਤਾ ਨੰਬਰ ਹੈਗਾ 0304-9613-234, ਇਹ ਸਾਡਾ ਵਟਸਐਪ ਨੰਬਰ ਹੈ ਜੀ, ਅਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।